हां जी दोस्तों स्वागत है ਤੁਹਾਡਾ ਆਪਣੇ ਚੈਨਲ ਤੇ ਜਿਵੇਂ ਤੁਹਾਨੂੰ ਪਤਾ ਹੀ ਸਤੰਬਰ ਦੇ ਚੌਥੇ ਹਫਤੇ ਜਿਹੜੇ ਸਬ ਇੰਸਪੈਕਟਰ ਦਾ ਜਿਹੜਾ ਫਿਜ਼ੀਕਲ ਹਨਾ ਉਹ ਸਟਾਰਟ ਆ ਤੇ ਤੁਸੀਂ ਡਰ ਗਏ ਹੋਵੋਗੇ ਹਨਾ ਵੀ ਦਿਨ ਰਹਿ ਗਏ ਆਪਣੇ 25 ਦਿਨ ਰਹਿ ਗਏ ਭਾਈ ਡਰਨ ਦੀ ਲੋੜ ਨਹੀਂ ਠੀਕ ਆ ਜਿਹਦਾ ਟਾਈਮ ਆਉਂਦਾ ਨਾ ਲਾ ਕੇ ਵੇਖੋ ਤੁਸੀਂ ਜਾ ਕੇ 1600 ਮੀਟਰ ਮੁੰਡਿਆਂ ਵਾਸਤੇ ਮੈਂ ਪਹਿਲਾਂ ਦੱਸਦਾ ਕਿਉਂਕਿ ਮੁੰਡਿਆਂ ਦੀ ਜੇ 1600 ਮੀਟਰ 7 ਤੋਂ ਥੱਲੇ ਆ ਗਈ ਨਾ ਉਹ ਲੌਂਗ ਜੰਪ ਵੀ ਕਲੀਅਰ ਕਰਨਗੇ ਹਾਈ ਜੰਪ ਵੀ ਕਲੀਅਰ ਕਰਨਗੇ ਪਹਿਲਾਂ ਲੌਂਗ ਜੰਪ ਹਾਈ ਜੰਪ ਦੀ ਟੈਨਸ਼ਨ ਨਹੀਂ ਲੈਣੀ ਕਿਉਂਕਿ ਇਹ ਹੀ ਜੇ ਪਹਿਲਾਂ ਹੀ ਤੁਸੀਂ ਕਦੇ ਜਾ ਕੇ ਗਰਾਊਂਡ 'ਚ ਐਕਸਰਸਾਈਜ਼ਾਂ ਕਰਨੀ ਐ ਐਕਸਰਸਾਈਜ਼ਾਂ ਤੁਹਾਡੀ ਜਿਹੜੀ ਛਿੰਪੇਂਟਾ ਲੈਣਗੀਆਂ ਹਨਾ ਹੁਣ ਫਿਰ ਵੀ ਬਹੁਤ ਕੁਝ ਦੱਸਣ ਵਾਲਾ ਵੀਡੀਓ 'ਚ ਰਹਿ ਜਾਊਗਾ ਬਾਕੀ ਮੇਰਾ ਨੰਬਰ ਥੱਲੇ ਆਈ ਜਾਂਦਾ ਤੇ ਕੁਝ ਵੀ ਬਾਅਦ ਵਿੱਚ ਪੁੱਛ ਲੋ ਤੇ ਪਹਿਲਾਂ ਹੁਣ ਆਪਾਂ ਤੁਹਾਨੂੰ ਦੱਸ ਦਈਏ ਵੀ ਟ੍ਰਾਇਲ ਕੱਢ ਕੌਣ ਸਕਦਾ ਤੇ ਕੱਢ ਕੌਣ ਨਹੀਂ ਸਕਦਾ ਤੁਸੀਂ ਜਾ ਕੇ ਵੇਖੋ ਪਹਿਲੇ ਦਿਨ ਹਨਾ ਜੇ ਤੁਸੀਂ ਨਹੀਂ ਸਟਾਰਟ ਕੀਤੀ ਜੇ ਤੁਸੀਂ 1600 ਮੀਟਰ 8 ਮਿੰਟ ਵਾਲੀ ਲਾ ਸਕਦੇ ਹਨਾ 8 ਮਿੰਟ ਵਾਲੀ ਤਾਂ ਮੇਰੇ ਅਨਿਓ ਤੁਸੀਂ ਫਿਜ਼ੀਕਲ ਕਲੀਅਰ ਕਰ ਸਕਦੇ ਜੇ ਮੇਰੇ ਤਰੀਕੇ ਨਾਲ ਚੱਲੋਂਗੇ ਤੇ 8 ਮਿੰਟ 750 755 ਜਿੰਨਾ ਵੀ ਤੁਹਾਡਾ ਟਾਈਮ ਹੁੰਦਾ ਠੀਕ ਆ ਵੀ ਤੁਸੀਂ ਕਲੀਅਰ ਕਰ ਸਕਦੇ ਹੋ 7 ਮਿੰਟ ਦੇ ਵਿੱਚ 25 ਦਿਨਾਂ ਦੇ ਅੰਦਰ ਅੰਦਰ ਜੇ ਆਪਣੇ ਤਰੀਕੇ ਨਾਲ ਚੱਲੋਗੇ ਮੁੰਡਿਆਂ ਨੇ ਜੇ 7 ਮਿੰਟ ਤੋਂ ਥੱਲੇ ਆ 750 755 ਜੇ ਕੱਢੀ ਜਾਂਦੇ ਨੇ ਇਸ ਟਾਈਮ 25 ਦਿਨਾਂ 'ਚ ਸਾਰਾ ਕੋ ਕਲੀਅਰ ਕਰ ਸਕਦੇ ਆ ਕਿਉਂਕਿ ਮੈਂ ਸਮਝ ਸਕਦਾ ਵੀ ਉਹਨਾਂ 'ਚ ਹੈਗੀ ਐਨੀ ਕ ਸਟਰੈਂਥ ਤੇ ਉਹਨੂੰ ਕਿਵੇਂ ਆਪਾਂ ਮੋੜਨਾ ਆਪਦੇ ਹਿਸਾਬ ਨਾਲ ਡਾਇਰੈਕਸ਼ਨ ਦੇਣੀ ਵੀ ਉਹਨਾਂ ਦਾ ਜਿਹੜਾ ਫਿਜ਼ੀਕਲ ਕਲੀਅਰ ਹੋ ਜੇ ਤੇ ਅੱਗੇ ਚੱਲਦੇ ਆਪਾਂ ਉਹਨਾਂ ਤੇ ਕੁੜੀਆਂ ਦੇ ਟ੍ਰੈਲਾਂ ਤੇ ਉਹਨਾਂ ਦਾ ਕੀ ਮੇਨ ਉਹਨਾਂ ਨੂੰ ਤੰਗ ਕਰਨਾ ਲੌਂਗ ਜੰਪ ਨਹੀਂ ਬਾਕੀ ਰੇਸ ਵੀ ਸੌਖੀ ਹੈ ਉਹਨਾਂ ਦੀ ਤੇ ਹਾਈ ਜੰਪ ਵੀ ਲੱਗ ਜੂ ਜੇ ਜੇ ਲੌਂਗ ਜੰਪ ਲੱਗ ਗਿਆ ਹਾਈ ਜੰਪ ਕਦੇ ਵੀ ਐ ਹੋ ਨਹੀਂ ਸਕਦਾ ਇਹ ਬੰਦਾ ਫੇਲ ਹੋ ਜਾਈ ਤੇ ਤੁਸੀਂ ਕੀ ਕਰਨਾਗਾ ਤੁਸੀਂ ਆਪ ਦਾ ਜਿਵੇਂ ਆਪਦੇ ਆਪ ਨੂੰ ਚੈੱਕ ਕਰਨਾ ਵੀ ਤੁਸੀਂ ਟ੍ਰੈਲ ਕਰ ਸਕਦੇ ਕਿ ਨਹੀਂ ਤੁਸੀਂ ਸਪ੍ਰਿੰਟ ਵੇਖਣੀ ਆਪਦੀ 100 ਮੀਟਰ ਦੀ ਜੇ ਤੁਹਾਡੀ ਸਪ੍ਰਿੰਟ 18 19 20 ਸਕਿੰਟ ਦੇ ਵਿੱਚ ਵਿੱਚ ਆ ਰਹੀ ਹੈ ਤੇ ਤੁਸੀਂ ਫਿਜ਼ੀਕਲ ਆ ਵੀ 25 ਦਿਨ ਦੇ ਵਿੱਚ ਕਲੀਅਰ ਕਰ ਸਕਦੇ ਹੋ ਉਹ ਵੀ ਫੇਰ ਮੈਂ ਇਹੀ ਕਹਿਣਾ ਜੇ ਆਪਣੇ ਤਰੀਕੇ ਨਾਲ ਚੱਲੋਂਗੇ ਹੁਣ ਦੂਜੀ ਗੱਲ ਕਰਦੇ ਆਪਾਂ ਆਪਾਂ ਵੀਡੀਓ ਪਾਈ ਸੀ ਪਿੱਛੇ 6-7 ਦਿਨ ਪਹਿਲਾਂ ਵੀ ਇੱਕ ਮਾਨਸੇ ਤੋਂ ਮੁੰਡਾ ਹੈ ਇੱਕ ਤਾਂ ਆਪਣੇ ਕੋਲੇ ਲੋਕਲ ਹੀ ਸੀ ਪ੍ਰਾਇਓਰਟੀ ਕੇਸ ਰਾਣਾ ਵੀ ਉਹਨਾਂ ਦੀ ਮਹੀਨੇ ਨੂੰ ਵੀਡੀਓ ਆਉਂਗੀ ਸਾਢੇ 6 ਮਿੰਟ ਵਾਲੀ ਮਹੀਨੇ ਨੂੰ ਨਹੀਂ ਬਈ ਪਹਿਲਾਂ ਹੀ ਆਉਂਗੀ ਤੇ ਆ ਤੁਹਾਨੂੰ ਮਿਲਾ ਦਿੰਨੇ ਆ ਜਾ ਵੀ ਮਾਨਸੇ ਵਾਲਾ ਤੇ ਆਪਣਾ ਤਰੀਕਾ ਵੀ ਦੱਸ ਦਿੰਨੇ ਹੁਣ ਤੁਹਾਨੂੰ ਮਿਹਨਤ ਦਾ ਆ ਰਿਹਾ ਬਈ ਠੀਕ ਆ ਹੁਣ ਇਹ ਬਈ ਹੈਗਾ ਮਾਨਸੇ ਤੋਂ ਠੀਕ ਹੈ ਜੀ ਇਹਨੂੰ ਹੋ ਗਏ ਆਪਣੇ 10-12 ਦਿਨ ਹੋ ਗਏ ਜਿਵੇਂ ਲੱਗ ਰਹੀ ਸੀਗੀ ਇਹਦੀ ਉੱਥੇ ਹਨਾ ਹੁੰਦਾ ਹੀ ਆ ਬੰਦੇ ਨੂੰ ਪਰ ਇਹਨੇ ਪਹਿਲਾਂ ਲਾਈ ਵੀ ਸੀਗੀ ਸੱਤ ਕੋਸ ਵਾਲੀ ਸਬ ਇਨਸਪੈਕਟਰ ਦੇ ਟੈਲਾਂ ਚ ਫੇਲ ਸੀ ਬਾਈ ਤੇ ਇਹਦੀ ਲੱਗ ਰਹੀ ਸੀ ਹੁਣ ਜਿਵੇਂ 9-10 ਵਾਲੀ ਤੇ ਸਪੈਸ਼ਲ ਆਪਣੇ ਕੋਲ ਮਾਨਸੇ ਤੋਂ ਆਇਆ ਤੇ ਹੁਣ 10-12 ਦਿਨ ਹੋ ਗਏ ਇਹਨਾਂ ਦਾ ਜਿਹੜਾ 7 ਮਿੰਟ ਦੀ ਟਾਈਮਿੰਗ ਆ ਗਈ ਆ ਵੀ ਵਰਕ ਸਾਡਾ ਕਿਹੜਾ ਹੁੰਦਾ ਸਿਰਫ ਇੱਕ ਟਾਈਮ ਦਾ 30 ਤੋਂ 45 ਮਿੰਟ ਜਿਵੇਂ ਆਪਾਂ ਵੀਡੀਓ ਚ ਦੱਸੀਦਾ ਹਾਂ ਹਨਾ ਐਵੇਂ ਨਹੀਂ ਵੀ ਸਵੇਰੇ ਸ਼ਾਮ ਮੰਗਲਵਾਰ ਆਹ ਕਰਨਾ ਬੁੱਧਵਾਰ ਆਹ ਸਵੇਰ ਨੂੰ ਆਹ ਕਰਨਾ ਸ਼ਾਮ ਨੂੰ ਆਹ ਕਰਨਾ ਉਹ ਐ ਹੁੰਦਾ ਹਨਾ ਜਿਵੇਂ ਤੁਸੀਂ ਸਵੇਰੇ 3 ਘੰਟੇ ਜਾਵੜੇ ਗਰਾਊਂਡ 'ਚ ਮੰਨ ਕੇ ਚਲੋ ਤੁਹਾਨੂੰ 4 ਵਜੇ ਫੱਟ ਲੈ ਕੇ ਨੇ 7-8 ਵਜੇ ਤੁਸੀਂ ਪ੍ਰੈਕਟਿਸ ਕਰਾਈ ਗਈ ਹੈ ਹਨਾ ਜਿਵੇਂ ਸਿਲੇਬਸ 'ਚ ਬਾਹਰ ਵਾਲੀਆਂ ਚੀਜ਼ਾਂ ਕਦੇ ਲੋਟਨੀਆਂ ਹੀ ਲਵਾਤੀਆਂ ਹਨਾ ਕਦੇ ਐਕਸਰਸਾਈਜ਼ਾਂ ਕਰਾਦੀਆਂ ਕਦੇ ਪਹਹਾਤਾ ਕਦੇ ਡੰਡ ਮਰਾਤੇ ਹਨਾ ਉਵੇਂ ਨਹੀਂ ਆਪਾਂ ਫੋਕਸ ਕਰਨਾ ਸਿਰਫ ਤੁਹਾਡੀ ਰੇਸ ਤੇ ਹਨਾ ਇੱਕ ਇੱਕ ਟਾਈਮ ਹੀ ਕੀਤਾ ਵਰਕ ਬਾਈ ਵਧੀਆ ਖੁਸ਼ ਆ ਤੇ ਆ ਹੁਣ ਬੇਲੋ 10-12 ਦਿਨਾਂ 'ਚ 7 ਮਿੰਟ ਵਾਲੀ ਆ ਗਈ ਤੇ ਅਗਲੇ 10 ਦਿਨਾਂ 'ਚ ਇਹਨਾਂ ਦੀ 6.5 ਮਿੰਟ ਵਾਲੀ ਵੀ ਵੀਡੀਓ ਆਉਮਗੀ ਆਇਆ ਬਈ ਹੁਣ ਤੇ ਇਧਰ ਆ ਇਹ ਤਾਂ ਸੀ ਬਾਈ ਵੀ ਜਿਵੇਂ ਪਹਿਲਾ ਟੱਚ ਸੀ ਗਰਾਊਂਡ ਦੇ ਆਹ ਬਾਈ ਹੈਗਾ ਪ੍ਰਾਇਓਰਟੀ ਕੇ ਸਾਲਾ ਤੇ ਇਹ ਜਵਾਂ ਵੀ ਦੀ ਗਰਾਊਂਡ 'ਚ ਪਹਿਲੀ ਵਾਰੀ ਆਇਆ ਸੀਗਾ ਜ਼ਿੰਦਗੀ ਦੇ 25 ਸਾਲ ਦਾ ਹੋ ਕੇ ਪਹਿਲੀ ਵਾਰੀ ਭੱਜਿਆ ਤੇ ਇਹਨੂੰ ਵੈਸੇ ਡੇਢ ਕ ਮਹੀਨਾ ਲੱਗ ਗਿਆ ਇਹ ਵੀ ਹੁਣ 7 ਮਿੰਟ ਵਾਲਾ ਤੇ ਇਹ ਵੀ ਬਸ ਅਗਲੇ 20-25 ਦਿਨਾਂ 'ਚ ਸਾਢੇ 6 ਮਿੰਟ ਵਾਲੀ ਆਉਂਗੀ ਤੇ ਬਾਕੀ ਐ ਤਾਂ ਹੁਣ ਮਗਰ ਜਿਹੜੇ ਮੁੰਡੇ ਖੜੇ ਹਨ ਵੀ ਜਿਹੜੇ ਰੈਗੂਲਰੀ ਕਰਦੇ ਆ ਨੇ ਉਹਨਾਂ ਉਹਨਾਂ ਦਾ ਟ੍ਰਾਇਲ ਮੈਂ ਵਖਾ ਖਾ ਤੁਹਾਨੂੰ ਖਿੱਚੀ ਜਾਵਾ ਬਈ ਇਹ 540 ਚਲਾਉਂਦੇ ਇਹ 440 ਚਲਾਉਂਦੇ ਪੁਲਿਸ ਵਾਲੇ ਆ ਉਹ ਨਹੀਂ ਵੀ ਜਿਹੜੇ ਦੋ ਮੇਨ ਆਪਣੇ ਕੋਲੇ ਬੰਦੇ ਆਏ ਆ ਤੇ ਠੀਕ ਆ ਬਈ ਨਾ ਥੱਲੇ ਨੰਬਰ ਆ ਜਾਂਦਾ ਗੱਲਾਂ ਬਹੁਤ ਰਹਿ ਗਈਆਂ ਵੇ ਆਪਾਂ ਵਰਕਆਊਟ ਦੀ ਵੀਡੀਓ ਵੀ ਪਾਵਾਂਗੇ ਤੇ ਨੰਬਰ ਆ ਜਾਂਦਾ ਤੇ ਉੱਤੇ ਕਾਲ ਕਰ ਲਓ ਮੈਸੇਜ ਕਰ ਲਓ ਜਿਹੜੀ ਵੀ ਤੁਹਾਨੂੰ ਹੈਲਪ ਚਾਹੀਦੀ ਹੋਈ ਕਰਾਂਗੇ ਜਿਵੇਂ ਵੀ ਹੁੰਦਾ ਆ ਯਾਰ ਆਪਾਂ ਜਾਣ ਲਾਦਾਂਗੇ ਪੂਰੀ ਇਹ ਤੁਹਾਡੇ ਨੰਬਰ ਚੰਗੇ ਆ ਤੁਹਾਨੂੰ ਪਾਸ ਕਰਾਉਣ ਲਈ ਵੀ 25 ਦੇ ਦਿਨਾਂ ਚ ਜਿਹੜਾ ਫਿਜ਼ੀਕਲ ਕਲੀਅਰ ਹੋ ਸਕਦਾ ਜੇ ਤੁਹਾਡੀ ਰੇਸ 8 ਕ ਮਿੰਟ ਵਾਲੀ 1600 ਮੀਟਰ ਆ ਰਹੀ ਆ ਤੇ ਉਧਰੋਂ ਕੁੜੀਆਂ ਦਾ 18 19 20 ਸੈਕਿੰਡ ਜੇ 100 ਮੀਟਰ ਲੱਗ ਰਹੀ ਆ ਤਾਂ ਸਭ ਕੁਝ ਕਲੀਅਰ ਹੋ ਸਕਦਾ ਡਰ ਦੀ ਕੋਈ ਲੋੜ ਨਹੀਂ ਤੇ ਚਲੋ ਮਿਲਦੇ ਆਂ ਬਈ ਨੈਕਸਟ ਵੀਡੀਓ ਚ